ਚੱਲ ਕੇ ਆਉਂਦੇ ਆ। ਬਹੁਤ ਵੱਡੀ ਗੱਲ ਆ ਵੀ ਅੱਜ ਇੱਕ ਮਰਦੇ ਬੰਦੇ ਨੂੰ ਜਿਹਦੇ ਮੂੰਹ 'ਚ ਰੋਟੀ ਪੈ ਜਾਣੀ ਨਾ, ਮੇਰੇ ਅਕੋਰਡਿੰਗ ਆ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਧਰਮ ਇਨਸਾਨੀਅਤ ਉਹੀ ਹੈ ਜੀ। ਹਿੰਦੂ ਮੁਸਲਿਮ ਸਿੱਖ ਇਸਾਈ ਇਹ ਲੀਡਰਾਂ ਦੀਆਂ ਗੱਲਾਂ ਹੁੰਦੀਆਂ, ਆਪਾਂ ਇਹਨਾਂ 'ਚ ਨਹੀਂ ਪੈਣਾ ਚਾਹੁੰਦੇ ਕਦੇ। ਜੇ ਅੱਜ ਕਿਸੇ ਵੀਰ ਭੈਣ ਦੀ ਕੋਈ ਮਦਦ ਤੁਸੀਂ ਆਪ ਆ ਗੱਡੀ ਉਹੀ ਚੱਲਦੀ ਛੱਡ ਰੱਖੀ। ਹਾਂਜੀ ਫਿਰ ਤੋਂ ਲਾਈਵ ਚੱਲ ਚੁੱਕਿਆ। ਵਾਇਰਲ ਵੀਡੀਓ ਦਾ ਅਸਰ ਦੋਸਤੋ ਦੇਖੋ, ਕੱਲ੍ਹ ਆਪਾਂ ਇੱਕ ਵੀਡੀਓ ਪਾਈ ਸੀ ਇਨਸਾਫ ਟੀਮ ਪੰਜਾਬ ਪੇਜ ਦੇ ਉੱਤੇ। ਇੱਕ ਸਾਡਾ ਸਾਥੀ ਸਿੰਘ ਸੀਗਾ ਜਿਹਦੇ ਹਾਲਾਤ ਇਹੋ ਜਿਹੇ ਔਖੇ ਹੋ ਗਏ ਸੀ ਵਿਚਾਰੇ ਦੇ, ਵੀ ਉਹ ਕਹਿੰਦਾ ਇਹ ਮੇਰਾ ਤਾਂ ਜੀਵਨ ਲੀਲਾ ਸਮਾਪਤ ਕਰਨ ਨੂੰ ਜੀ ਕਰੀ ਜਾਂਦਾ, ਵੀ ਮੇਰੇ ਜਿਉਣਾ ਔਖਾ ਹੋਇਆ ਪਿਆ ਸੀ, ਰੋਟੀ ਤੋਂ ਮਥਾਜ ਸੀ। ਅਤੇ ਅੱਜ ਉਸ ਵਾਇਰਲ ਵੀਡੀਓ ਕਰਕੇ ਦਾਨੀ ਸੱਜਣ ਕੋਈ ਤੁਹਾਡੇ ਵਰਗੇ ਸਾਡੇ ਵਰਗੇ ਭਰਾ ਜਿਹੜੇ ਵਿਚਾਰੇ ਅੱਜ ਆ ਕੇ ਇਸ ਗੱਲ ਦੀ ਉਸ ਬਾਈ ਦੇ ਘਰ ਮਦਦ ਕਰਨ ਆਏ ਹਾਂ, ਉਹਦੇ ਵਿੱਚ ਇੱਕੋ ਹੀ ਅਸੀਂ ਗੱਲ ਕਹਿੰਦੇ ਹਾਂ ਵੀ ਯਾਰ ਜਿਹੜੀਆਂ ਸਰਕਾਰਾਂ ਨਾ ਜੇ ਆਪਦਾ ਇਹ ਅਸਲ ਰੂਪ ਨਿਭਾਉਂਦੀਆਂ ਹੁੰਦੀਆਂ ਤਾਂ ਕਦੇ ਵੀ ਅੱਜ ਖਾਲਸੇ ਦੀ ਕੌਮ ਮੰਗਣ ਵਾਲੇ ਪਾਸੇ ਜਾਂ ਅਤੇ ਜਿਹੜੀਆਂ ਕੋਈ ਹੋਰ ਧਰਮ ਦੇ ਨਾਂ ਦੇ ਰੋਟੀਆਂ ਪਕਾਈਆਂ ਜਾਂਦੀਆਂ ਲੋਕਾਂ ਵੱਲੋਂ ਉਹਦਾ ਵੀ ਜ਼ਰੂਰ ਧਿਆਨ ਦੇਣ। ਆਮ ਲੋਕ ਕਦੇ ਵੀ ਕਿਸੇ ਦੇ ਕੋਈ ਦੁੱਖ ਮੁਸੀਬਤ ਆਉਂਦੀ ਹੈ ਤਾਂ ਉੱਥੇ ਚਾਹੇ ਹਿੰਦੂ ਆ ਅਤੇ ਚਾਹੇ ਸਿੱਖ ਆ ਅਤੇ ਚਾਹੇ ਕੋਈ ਇਸਾਈ ਆ ਮੁਸਲਮਾਨ ਆ, ਸਾਰੇ ਇੱਕ ਦੂਜੇ ਦੀ ਵਧੀਆ ਆਪਾਂ ਮਦਦ ਕਰਦੇ ਹੁੰਦੇ ਹਾਂ। ਇਹ ਸਿਰਫ ਜਿਵੇਂ ਸਾਡਾ ਵੀਰ ਖਾਲਸਾ ਬੈਠਾ ਹੈ ਕਹਿੰਦਾ ਵੀ 15-20 ਜਣੇ ਆ ਕਹਿੰਦਾ ਸਾਰੇ ਇੰਡੀਆ ਦੇ ਵਿੱਚ ਜਿਹੜੇ ਇਹਨਾਂ ਨਾਂ ਦੇ ਰੋਟੀਆਂ ਪਕਾਉਂਦੇ, ਕੋਈ ਹਿੰਦੂ ਨੂੰ ਮਾੜਾ ਕਹਿੰਦਾ ਅਤੇ ਕੋਈ ਸਿੱਖਾਂ ਨੂੰ ਕਹਿੰਦਾ ਜੀ। ਇਹ 4-20 ਜਣੇ ਫੜ ਕੇ ਅੰਦਰ ਕਰਦੀ, ਇਹਨਾਂ ਦਾ ਦੁਬਾਰਾ ਇਸ ਕੰਮ 'ਤੇ ਗੇਮ ਨਾ ਰਚੇ ਕੋਈ ਵੀ ਬੰਦਾ। ਸਰਕਾਰਾਂ ਜ਼ਰੂਰ ਧਿਆਨ ਦੇਣ ਕਿਉਂਕਿ ਉਹਨਾਂ ਨੇ ਜਿਵੇਂ ਜਾਤੀ ਵਿਤਕਰੇ ਨੂੰ ਲੈ ਕੇ ਰੋਟੀਆਂ ਪਕਾ ਰੱਖੀਆਂ, ਉਵੇਂ ਕੁਛ ਲੋਕ ਸਿਕਿਉਰਟੀਆਂ ਲੈਣ ਦੇ ਮਾਰੇ ਜਾਂ ਆਪਦੀਆਂ ਜਥੇਬੰਦੀਆਂ ਚਲਾਉਣ ਦੇ ਮਾਰੇ ਕੋਈ ਸਿੰਘਾਂ ਨੂੰ ਅਤੇ ਕੋਈ ਹਿੰਦੂਆਂ ਨੂੰ ਉਲਟ ਕਹੀ ਜਾਂਦਾ। ਅਸਲ ਦੇ ਵਿੱਚ ਸੇਵਾ ਇਹਨਾਂ ਲੋਕਾਂ ਦੀ ਲੋੜ ਹੈ। ਇਹ ਵਿਚਾਰਾ ਵੀਰ ਜਿਹੜਾ ਸਾਡਾ ਖਾਲਸਾ ਬੈਠਾ, ਹੈਂਡੀਕੈਪ ਆ ਮੇਰਾ ਸਾਥੀ ਇਹ, ਅਤੇ ਮਗਰ ਇਹਨਾਂ ਦੇ ਘਰ ਦੇ ਬੈਠੇ, ਇਹ ਵੀ ਆਪਦੇ ਸਰੀਰ ਤੋਂ ਨਕਾਰਾ ਜੀ। ਜੇ ਸਰੀਰ ਚੱਲਦਾ ਹੋਵੇ ਤਾਂ ਫਿਰ ਆਪਾਂ ਕਹੀਏ ਵੀ ਯਾਰ ਵਾਕਈ ਇਹ ਚੀਜ਼ ਸਾਰਾ ਕੁਛ ਕਰ ਸਕਦਾ ਬੰਦਾ, ਅਤੇ ਪਰ ਜਿਹਦੇ ਸਰੀਰ ਦੇ ਵਿੱਚ ਵੀ ਅਜੇ ਪਰਮਾਤਮਾ ਨੇ ਕੋਈ ਜਾਨ ਨਹੀਂ ਦਿੱਤੀ, ਜਜ਼ਬੇ ਇਹਨਾਂ ਦੇ ਜਿਉਂਦੇ ਆ, ਕਹਿੰਦਾ ਵੀ ਮੰਗਣ ਨੂੰ ਵੀ ਜੀ ਨਹੀਂ ਕਰਦਾ, ਮੈਨੂੰ ਤਾਂ ਮੇਰੀ ਨੌਕਰੀ ਕਿਤੇ ਮਿਲ ਜੇ, ਸਾਡੇ ਨਾਲ ਬਾਬਾ ਸੋਨੀ ਬੈਠੇ ਆ। ਅਤੇ ਇਹ ਜਿਹੜੇ ਅਸਰ ਦੋਸਤੋ ਦੇਖੋ, ਕੱਲ੍ਹ ਆਪਾਂ ਇੱਕ ਅਤੇ ਚਾਬੀ ਮੇਰੇ ਕੋਲ ਜੀ, ਸਾਡਾ ਸਾਥੀ ਸਿੰਘ ਸੀਗਾ ਜਿਹਦੇ ਹਾਲਾਤ ਇਹੋ ਜਿਹੇ ਔਖੇ ਹੋ ਗਏ ਸੀ ਵਿਚਾਰੇ ਦੇ, ਕਰਨ ਨੂੰ ਜੀ ਕਰੀ ਜਾਂਦਾ ਵੀ ਮੇਰੇ ਜਿਉਣਾ ਔਖਾ ਹੋਇਆ ਪਿਆ ਸੀ, ਰੋਟੀ ਤੋਂ ਮਥਾਜ ਸੀ। ਅਤੇ ਅੱਜ ਉਸ ਵਾਇਰਲ ਵੀਡੀਓ ਕਰਕੇ ਦਾਨੀ ਸੱਜਣ ਤੁਹਾਡੇ ਵਰਗੇ ਸਾਡੇ ਵਰਗੇ ਭਰਾ ਜਿਹੜੇ ਵਿਚਾਰੇ ਅੱਜ ਆ ਕੇ ਇਸ ਗੱਲ ਦੀ ਉਸ ਬਾਈ ਦੇ ਘਰੇ ਮਦਦ ਕਰਨ ਆਏ ਹਾਂ, ਉਹਦੇ ਵਿੱਚ ਇੱਕੋ ਹੀ ਅਸੀਂ ਗੱਲ ਕਹਿੰਦੇ ਹਾਂ ਵੀ ਯਾਰ ਜਿਹੜੀਆਂ ਸਰਕਾਰਾਂ ਨਾ ਜੇ ਆਪਦਾ ਇਹ ਅਸਲ ਇਹੋ ਜਿਹੇ ਔਖੇ ਹੋ ਗਏ ਸੀ ਵਿਚਾਰੇ ਦੇ। ਬਾਬਾ ਜੀ ਕਢਾ ਲਓ ਸਮਾਨ, ਆ ਜਾਓ ਮਾੜਾ ਆਪਣੇ ਖਾਲਸਾ ਜੀ, ਖਾਲਸਾ ਜੀ ਸਮਾਨ ਕਢਾ ਲਓ। ਹਾਂ ਚੱਲ ਰਿਹਾ ਜੀ, ਬਾਹਰ ਚੱਲਦਾ ਅੰਦਰ ਬੰਦ ਹੋ ਜਾਂਦਾ, ਪਤਾ ਨਹੀਂ ਨੈਟ ਨੂੰ ਪ੍ਰੋਬਲਮ ਆ ਗਈ। ਲਾਈਵ ਚੱਲ ਰਿਹਾ, ਸਮਾਨ ਕਢਾਓ ਫਿਰ, ਚੱਲ ਰਿਹਾ ਜੀ ਹੁਣ ਇੱਧਰ ਵੀ ਚੱਲ ਪਿਆ। ਹਾਂਜੀ ਦੋਸਤੋ ਮੈਂ ਤਾਂ ਲਿਖਿਆ ਉੱਪਰ ਜਾਉਂਦਾ ਰਿਹਾ ਮਾਰਕ ਜ਼ੁਕਰਬਰਗ, ਅੱਜ ਤੇਰੇ ਵਰਗੇ ਜਿਹੜੇ ਸੋਸ਼ਲ ਮੀਡੀਆ 'ਤੇ ਫੇਸਬੁੱਕ ਆ ਚਾਹੇ ਇਹਦੇ ਕਰਕੇ ਜਿਵੇਂ ਕਹੀਏ ਵੀ ਬੱਚਿਆਂ ਦੀਆਂ ਜ਼ਿੰਦਗੀਆਂ ਬਚ ਰਹੀਆਂ ਜਾਂ ਕਿਸੇ ਵਿਚਾਰੇ ਕੋਈ ਸਾਡੇ ਖਾਲਸਿਆਂ ਨੂੰ ਸਾਥੀ ਵੇਖੋ ਜ਼ਰਾ ਪੂਰਾ ਗੁਰਸਿੱਖ ਬੰਦਾ। ਅਤੇ ਤਾਂ ਮੈਂ ਕੱਲ੍ਹ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਸੀ ਵੀ ਤੁਹਾਡੇ ਕੋਲ ਸਰਕਾਰ ਦੇ ਬਰਾਬਰ ਬਜਟ ਹੈ, ਘੱਟੋ ਘੱਟ ਇਹੋ ਜਿਹੇ ਸਿੱਖ ਤਾਂ ਚਿਹਰੇ ਜਿਹੜੇ ਜਿਹੜੇ ਯਾਰ ਅੱਜ ਆਪਦੀ ਪਲੱਸ ਟੂ ਕੀਤੀ ਹੈ ਵੀ ਕੰਮ ਕਰ ਸਕਦੇ, ਇਹਨਾਂ ਨੂੰ ਜ਼ਰੂਰ ਧਿਆਨ ਦਿਓ। ਬਹੁਤ ਖਰਬਾਂ ਰੁਪਈਆ ਪਿਆ ਤੁਹਾਡੇ ਕੋਲ, ਅਸੀਂ ਇਹ ਨਹੀਂ ਕਹਿੰਦੇ ਵੀ ਤੁਹਾਡੇ ਕੋਲ ਕਿੱਥੋਂ ਆਉਂਦਾ ਜਾਂ ਕੋਈ ਮਾੜਾ ਚੰਗਾ ਵਧੀਆ, ਸਭ ਤੋਂ ਵੱਡਾ ਕੰਮ ਤੁਸੀਂ ਕਰ ਰਹੇ ਹੋ, ਪਰ ਇਹੋ ਜਿਹੇ ਲੋਕ ਖੁਦਕੁਸ਼ੀਆਂ ਕਰਨ ਤੱਕ ਮਜਬੂਰ ਹੈ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਜ਼ਰੂਰ ਆਪਦੀ ਮਦਦ ਕਰੇ। ਹਾਂਜੀ ਕੀ ਨਾਮ ਪੂਰਾ ਤੁਹਾਡਾ ਬਾਈ, ਦੱਸਿਓ ਮਾੜਾ ਦੁਬਾਰਾ। ਨਾਮਦੀਪ ਸਿੰਘ, ਨਾਮਦੀਪ ਸਿੰਘ ਤੁਹਾਡੇ ਬੱਚੇ ਹੈ ਜੀ ਨਾਲ? ਹਾਂਜੀ। ਬਹੁਤ ਬਹੁਤ ਧੰਨਵਾਦ ਦੋਸਤੋ, ਆਪਾਂ ਵਾਇਰਲ ਮੈਂ ਅੱਗੇ ਕਹਿੰਦਾ ਨਾ ਵੀਡੀਓ ਵਾਇਰਲ ਕਰੋਗੇ ਨਾ ਤੇ ਆਪਣੇ ਜਿਹੜੇ ਇਨਸਾਫ ਇਹਦੇ ਵਿੱਚ ਮਿਲਣਾ ਸ਼ੁਰੂ ਹੋ ਜਾਂਦਾ। ਦੇਖੋ ਕੋਈ ਕੋਈ ਵੀਰ ਪੱਗਾਂ ਸੂਟ
ਬਾਈ ਇੱਕ ਲੈ ਕੇ ਆਏ ਆ ਕਹਿੰਦੇ ਯਾਰ ਖਾਲਸੇ ਨੂੰ ਚੰਗੀ ਪੱਗ ਸੋਹਣੀ ਤੇ ਇੱਕ ਸੂਟ ਦੇ ਗਏ ਨਾਲ ਆਪਦੇ ਬੰਨਿਓ ਤੇ ਸਮਾਨ ਵੀ ਸਾਰਾ ਕਢਾ ਲਓ ਜੀ ਆਟਾ ਦਾਲਾਂ ਵਗੈਰਾ ਆਟਾ ਚਕਾਏ ਬਣਾਏ ਸਾਹਿਬ ਨਾਲ ਸਾਰਾ ਕੁਛ ਇਹ ਜੋ ਵੀ ਚਲੋ ਦੋ ਮਹੀਨਿਆਂ ਦਾ ਆਪਣਾ ਰਾਸ਼ਨ ਪਾਣੀ ਹੈ ਬਾਬਾ ਸੋਨੀ ਦਾ ਇਹ ਤਾਂ ਚੀਜ਼ ਵਿਖਾਉਣੀ ਜ਼ਰੂਰੀ ਹੈ ਜੀ ਕਿਉਂਕਿ ਇਹਨਾਂ ਨੂੰ ਵੇਖ ਕੇ ਤੁਸੀਂ ਯਕੀਨ ਮੰਨਿਓ ਵੀ ਪਤਾ ਕੋਈ ਨਹੀਂ ਆਪਾਂ ਵੀ ਕਿਹਦੇ ਕਿਹਦੇ ਘਰ ਦਾ ਜਿਹੜਾ ਚੁੱਲ੍ਹਾ ਬਲਦਾ ਕਰ ਸਕੀਏ ਹਲੋ ਜੀ ਹੋਰ ਵੀ ਕਢਾ ਲਓ ਸਾਰਾ ਕੁਛ ਲੈ ਜਾਓ ਗੱਡੀ ਅਤੇ ਇਸ ਬਾਈ ਨੂੰ ਬਾਬੇ ਸੋਨੀ ਨੇ ਕੋਈ ਨੌਕਰੀ ਦਾ ਵੀ ਕਿਹਾ ਹੈਗਾ ਵੀ ਚਲੋ ਜਿੰਨਾ ਕੁ ਕਰ ਸਕਦਾ ਜਿਸ ਤਰ੍ਹਾਂ ਦੇ ਇਹਨਾਂ ਦੇ ਸਰੀਰਕ ਦੇ ਹਾਲਾਤ ਹੈ ਉਸ ਤਰ੍ਹਾਂ ਕੋਈ ਆਪਾਂ ਆਟਾ ਚਕਵਾ ਲਓ ਅੰਦਰ ਖਾਲਸਾ ਜੀ ਬਹੁਤ ਬਹੁਤ ਮਿਹਰਬਾਨੀ ਸਾਰੇ ਭਰਾਵਾਂ ਦੀ ਸੰਮੇ ਵਾਲੇ ਸਾਡੇ ਵਿੱਕੀ ਵੀਰ ਇਹਨੇ ਵੀ ਕੱਲ੍ਹ ਲਾਈਵ ਵੀਡੀਓ ਵੇਖੀ ਕਹਿੰਦਾ ਯਾਰ ਬਾਈ ਇਹ ਚੜ੍ਹਦੀ ਕਲਾ ਵਾਲਾ ਸਿੰਘ ਸੀਗਾ ਕਹਿੰਦਾ ਯਾਰ ਅੱਜ ਕੀ ਹਾਲਾਤ ਹੋ ਗਏ ਮੈਂ ਕਿਹਾ ਵੀ ਇਹ ਮਾਲਕ ਨੂੰ ਮਾਲਕ ਜਾਣਦਾ ਵੀ ਇਹ ਰੰਗ ਉਹਦੇ ਕਿਸੇ ਟਾਈਮ ਇਹ ਵੀਰ ਵਾਕਿਆ ਇੱਕ ਚੜ੍ਹਦੀ ਕਲਾ ਵਾਲਾ ਯੋਧਾ ਸਾਡੇ ਨਾਲ ਪੜ੍ਹਦਾ ਰਿਹਾ ਵਿਚਾਰਾ ਕੋਈ ਇਹ ਬਜ਼ੁਰਗ ਨਹੀਂ ਗਾ ਜਿਵੇਂ ਆਪਾਂ ਕਹਿ ਦਈਏ ਸਾਡੇ ਅੱਜ ਦੀਆਂ ਸਰਕਾਰਾਂ ਦੀਆਂ ਦੇਣ ਹੀ ਇਹੋ ਜਿਹੀਆਂ ਵੀ ਪੜ੍ਹਾਈਆਂ ਕੀਤੀਆਂ ਦਾ ਵੀ ਮੁੱਲ ਨਹੀਂ ਪਿਆ ਸਾਰਾ ਕੁਛ ਫੜਾਏ ਹੋ ਜਾਂਦਾ ਆਪਣਾ ਪਟਿਆਲਾ ਸਾਹਿਬ ਲੈ ਜਾਂਦਾ ਤੁਸੀਂ ਲੋਕਡਾਊਨ ਦੇ ਦਰਮਿਆਨ ਵੀ ਵੇਖਿਆ ਹੋਣਾ ਵੀ ਇਹ ਸਾਡੇ ਬਾਬਾ ਸੋਨੀ ਆ ਸਾਡੇ ਦੋਸਤ ਤਕਰੀਬਨ ਹੀ ਸਾਡਾ ਉੱਥੇ ਨਾਲ ਗਵਾਂਢ ਘਰ ਹੈ ਅਤੇ ਜੋ ਵੀ ਇਹੋ ਜਿਹੀ ਲਗਾਤਾਰ ਲੰਮੇ ਸਮੇਂ ਤੋਂ ਕਰਦੇ ਨੇ ਵਿਖਾਇਆ ਤਾਂ ਨਹੀਂ ਆਪਾਂ ਕਦੇ ਅੱਜ ਤੱਕ ਵੀਡੀਓ ਦੇ ਵਿੱਚ ਪਰ ਮੁਕਤਸਰ ਦੇ ਵਿੱਚ ਸਾਰਿਆਂ ਨੂੰ ਪਤਾ ਜੀ ਕਿਸੇ ਨੂੰ ਵੀ ਕੋਈ ਵੱਡੀ ਦਿੱਕਤ ਆਉਂਦੀ ਹੈ ਤਾਂ ਉਦੋਂ ਬਾਬਾ ਸੋਨੀ ਸਾਡਾ ਵੀਰ ਕਾਫੀ ਵਧੀਆ ਇੱਕ ਸਹਿਯੋਗ ਕਰਦਾ ਹਮੇਸ਼ਾ ਹੀ ਅਤੇ ਇਹਨਾਂ ਨੇ ਕੱਲ੍ਹ ਕਿਹਾ ਕਹਿੰਦਾ ਬਾਈ ਯਾਰ ਮੈਂ ਵੀਡੀਓ ਵੇਖੀ ਅਤੇ ਉਹ ਖਾਲਸਾ ਇੱਕ ਵੀਰ ਕਹਿੰਦਾ ਤੁਹਾਡਾ ਕਾਫੀ ਦੁਖੀ ਹੈ ਅਤੇ ਉਹਦਾ ਜ਼ਰੂਰ ਕਹਿੰਦੇ ਅਸੀਂ ਕੋਈ ਸਹਿਯੋਗ ਕਰਨਾ ਚਾਹੁੰਦੇ ਹਾਂ ਬਹੁਤ ਬਹੁਤ ਮਿਹਰਬਾਨੀ ਸਾਡੇ ਲਿਖੀ ਸਮੇਂ ਵਾਲੇ ਵੀਰ ਦੋਸਤੋ ਅਗਲਾ ਕਹਿੰਦਾ ਵੀ ਵੀਡੀਓ ਕਿਉਂ ਜੇ ਅੱਜ ਵੀਡੀਓ ਨਾ ਪਾਈ ਹੁੰਦੀ ਤਾਂ ਯਕੀਨ ਮੰਨਿਓ ਵੀ ਇਸ ਵੀਰ ਦਾ ਇਹੋ ਜਿਹੇ ਹਾਲਾਤ ਸੀ ਕਹਿੰਦਾ ਯਾਰ ਭੁੱਖੇ ਵੀ ਮਰੇ ਆ ਕਈ ਵਾਰੀ ਗੁਰੂ ਘਰ ਤੋਂ ਲੈ ਕੇ ਆਇਆ ਰੋਟੀ ਅਤੇ ਪਰ ਉਹ ਅਗਲਾ ਕਹਿੰਦਾ ਵੀ ਜਦੋਂ ਰੋਜ਼ ਰੋਜ਼ ਗੁਰੂ ਗੁਰਦੁਆਰੇ ਜਾਂਦੇ ਹਾਂ ਤਾਂ ਅੱਗੋਂ ਉਹਨਾਂ ਨੇ ਵੀ ਰੋਕ ਕੇ ਮੋੜਿਆ ਨੂੰ ਵੀ ਯਾਰ ਰੋਜ਼ ਆ ਜਾਂਦਾ ਤੂੰ ਤਾਂ ਕਰਕੇ ਕਹਿੰਦਾ ਵੀ ਜਦੋਂ ਮੰਗਣਾ ਪੈ ਜਾਣਾ ਕਿਸੇ ਆਮ ਤੁਹਾਡੇ ਸਾਡੇ ਵਰਗੇ ਸਾਡੇ ਆਮ ਪਰਿਵਾਰ ਨੂੰ ਤਾਂ ਉਹਦੇ ਵਾਸਤੇ ਮੌਤ ਹੁੰਦੀ ਹੈ ਬਿਨਾਂ ਮੰਗੇ ਅਸੀਂ ਇੱਕ ਭਰਾ ਤੌਰ 'ਤੇ ਉਹਦੀ ਘਰ ਹੈਲਪ ਕਰਨ ਆਏ ਹਾਂ ਵੀਡੀਓ ਵਾਇਰਲ ਕਰਨੀ ਅੱਜ ਬਹੁਤ ਜ਼ਰੂਰੀ ਇਹਨਾਂ ਗੱਲਾਂ ਤਾਂ ਕਹਿੰਦਾ ਵੀ ਇਹ ਕੋਈ ਵਡਿਆਈ ਨਹੀਂ ਹੁੰਦੀ ਜੇ ਵੀਡੀਓ ਚੱਲੀ ਤਾਂ ਤਾਂ ਹੀ ਇਹੋ ਜਿਹੇ ਹਜ਼ਾਰਾਂ ਘਰ ਆ ਜਿਹੜੇ ਪੰਜਾਬ 'ਚ ਅੱਜ ਜਿਉਂਦਾ ਰਿਹਾ ਸੋਸ਼ਲ ਮੀਡੀਆ ਮਾਰਕ ਜੁਗਰਬਰਗ ਬਾਬਾ ਸੋਨੀ ਜੀ ਹੋਰ ਵੀ ਆਪਾਂ ਇਹਨਾਂ ਨੂੰ ਵੀਰ ਨੂੰ ਕੋਈ ਜਿਹੜੀ ਕੋਈ ਨੌਕਰੀ ਦੀ ਕੋਈ ਸੇਵਾ ਜੋ ਵੀ ਤੁਸੀਂ ਦੇ ਸਕਦੇ ਹੋ ਆਪਦੇ ਆਸ਼ਰਮ ਦੇ ਵਿੱਚ ਕਰਾਂਗੇ ਮਦਦ ਉਹ ਵੀ ਆਪਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਹਾਂਜੀ ਇਹ ਜੋ ਕੱਲ੍ਹ ਜੱਗਾ ਵੀਰ ਨੇ ਵੀਡੀਓ ਇਸ ਵੀਰ ਦੇ ਬਾਰੇ ਦੱਸਿਆ ਜਾਣਕਾਰੀ ਦਿੱਤੀ ਅਤੇ ਸੁਣ ਕੇ ਮਨ ਵੀ ਬਹੁਤ ਦੁਖੀ ਹੋਇਆ ਵੀ ਦੇਖੋ ਇੱਕ ਇਹੋ ਜਿਹੇ ਇਨਸਾਨ ਜੋ ਗੁਰਸਿੱਖ ਇਨਸਾਨ ਨੇ ਅਤੇ ਇਹਨਾਂ ਨੂੰ ਕੰਮ ਦੀ ਬਹੁਤ ਪ੍ਰੋਬਲਮ ਆ ਰਹੀ ਹੈਗੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅੰਗਹੀਣ ਵਿਅਕਤੀ ਹੈਗੇ ਨੇ ਉਹਨਾਂ ਦੀ ਪਹਿਲ ਦੇ ਆਧਾਰ ਤੇ ਮਦਦ ਕਰਨੀ ਚਾਹੀਦੀ ਹੈ ਇਹਨਾਂ ਲੋਕਾਂ ਦੀ ਜਿਹੜੇ ਠੀਕ ਹੈ ਤੰਦਰੁਸਤ ਬੰਦਾ ਹੈਗਾ ਉਹ ਤਾਂ ਆਪਦਾ ਜਿੱਥੇ ਮਰਜ਼ੀ ਕਮਾਈ ਕਰਕੇ ਖਾ ਕੇ ਖਾ ਸਕਦਾ ਦਿਹਾੜੀ ਦੱਪਾ ਕਰ ਸਕਦਾ ਪਰ ਆਹ ਦੇਖੋ ਤੁਸੀਂ ਸੋਹਣਿਆਂ ਦੇ ਉੱਤੇ ਇਹੋ ਜਿਹੇ ਇਨਸਾਨਾਂ ਦੇ ਵਾਸਤੇ ਇਹਨਾਂ ਦੀ ਮਦਦ ਕਰਨਾ ਸਰਕਾਰ ਦਾ ਹੀ ਫਰਜ਼ ਬਣਦਾ ਤੇ ਆਪ ਸਭ ਸੰਗਤਾਂ ਨੂੰ ਵੀ ਇਸ ਵੀਡੀਓ ਦੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦੇ ਸਾਥੀ ਦੇ ਬਾਰੇ ਤੁਹਾਨੂੰ ਪਤਾ ਲੱਗੇ ਤੇ ਉਹਦੀ ਭੱਜ ਦੌੜ ਕਰਕੇ ਉਹਦੀ ਮਦਦ ਜ਼ਰੂਰ ਕਰੋ ਪਹਿਲ ਦੇ ਆਧਾਰ ਤੇ ਉਹਦੀ ਮਦਦ ਕਰਨੀ ਚਾਹੀਦੀ ਹੈ ਜੱਗਾ ਵੀਰ ਜੀ ਦਾ ਜਦੋਂ ਕੱਲ੍ਹ ਸਾਨੂੰ ਪਤਾ ਲੱਗਿਆ ਅਤੇ ਮੈਂ ਉਸੇ ਟਾਈਮ ਰਾਤ ਨੂੰ ਇਹਨਾਂ ਨੂੰ ਫੋਨ ਦੇ ਉੱਤੇ ਬੇਨਤੀ ਕੀਤੀ ਵੀ ਜੱਗੇ ਵੀਰ ਆਪਾਂ ਕੱਲ੍ਹ ਨੂੰ ਬਾਈ ਨੂੰ ਸਮਾਨ ਦੇ ਕੇ ਆਵਾਂਗੇ ਜੋ ਵੀ ਹੋ ਸਕਦੀ ਹੋਈ ਇਹਦੀ ਹੈਲਪ ਕਰਾਂਗੇ ਅਤੇ ਹੋਰ ਵੀ ਸਾਡੇ ਵੀਰ ਕੋਈ ਪੈਸਾ ਭੇਜ ਰਿਹਾ ਬਾਬੇ ਨੇ ਨੌਕਰੀ ਵਾਸਤੇ ਵੀ ਇਹਨੂੰ ਕਿਸੇ ਗੱਲ ਦੀ ਟੈਨਸ਼ਨ ਨਾ ਲਈ ਖਾਲਸਾ ਅੱਜ ਵੀ ਰੱਬ ਭੇਜਦਾ ਇਹ ਸਾਡੇ ਨਾਲ ਵੀਰ ਖੜਾ ਵਿੱਕੀ ਸਮੇਂ ਵਾਲੀ ਇਹਨੇ ਵੀ ਇਹਨੂੰ ਕਿਤੇ ਪਹਿਲਾਂ ਮਿਲਿਆ ਸੀ ਕਹਿੰਦਾ ਯਾਰ ਚੜ੍ਹਦੀ ਕਲਾ ਵਾਲਾ ਸਿੰਘ ਸੀ ਬੜੀ ਪੋਸ਼ਮੀ ਪੱਗ ਬੰਨਦਾ ਸੀ ਅੱਜ ਹਾਲਾਤ ਕਿਹੋ ਜਿਹੇ ਹੋ ਗਏ ਮੈਂ ਅੱਗੇ ਗੱਲ ਕਰਕੇ ਹਟਿਆ ਵੀ ਮਾਲਕ ਦੇ ਰੰਗਾਂ ਦਾ ਨਹੀਂ ਪਤਾ ਲੱਗਦਾ ਅਤੇ ਧੰਨਵਾਦ ਤੁਹਾਡਾ ਵਿੱਕੀ ਸਿੰਘ ਬਹੁਤ ਮਿਹਰਬਾਨੀ ਭਾਈ ਯਾਰ ਜਿਹੜਾ ਤੁਹਾਡੀ ਅੱਜ ਜੇ ਆਪਾਂ ਇੱਕ ਇੱਕ ਘਰ ਵੀ ਵੰਡ ਲਈਏ ਨਾ ਆਪਾਂ ਮੈਂ ਇੱਕੋ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਵੀਰ ਸਰਦੇ ਆ ਉਹ ਇੱਕ ਇੱਕ ਘਰ ਗੋਦ ਲੈ ਲੈਣ ਵੀ ਜੇ ਮੇਰੇ ਕੋਲ 10,000 ਰੁਪਈਆ ਆਉਂਦਾ ਨਾ ਮੈਨੂੰ ਐਂ ਲੱਗਦਾ ਵੀ ਮੈਂ ਕਿਤੇ ਮੱਥਾ ਟੇਕਣ ਦੀ ਬਜਾਏ ਇਹੋ ਜਿਹੇ ਪਰਿਵਾਰ ਦੀ ਇੱਕ ਨਿਸ਼ਾਨੀ ਰੱਖਣਾ ਵੀ ਮੈਂ ਹਰ ਮਹੀਨੇ ਉਹਨੂੰ 500,000 ਦਾ ਰਾਸ਼ਨ ਦੇਣਾ ਅਤੇ ਇਹ ਲੋਕ ਸ਼ਾਇਦ ਆਪਦੀ ਜ਼ਿੰਦਗੀ ਸੌਖੀ ਕੱਢ ਲੈਣ ਬਿਲਕੁਲ ਵਧੀਆ ਚੰਗੇ ਪਰਿਵਾਰ 'ਚ ਸੀ ਪਰ ਹਾਲਾਤ ਮਾੜੇ ਆਉਂਦਾ ਨਹੀਂ ਪਤਾ ਲੱਗਦਾ ਜਿਹੜੇ ਅੱਜ ਕਰੋਨਾ ਕਰਕੇ ਤਾਂ ਚੰਗੇ ਭਲੇ ਬੰਦਿਆਂ ਦੇ ਰੋਟੀਆਂ ਨਹੀਂ ਪੱਕ ਰਹੀਆਂ ਘਰੇ ਤਾਂ ਮੈਂ ਕਰਕੇ ਕਹਿੰਦਾ ਉਹਨਾਂ ਵੀ ਸਰਕਾਰ ਕਹਿੰਦੀ ਕੈਂਸਰ ਨਾ ਮਰਜੇ ਐਕਸੀਡੈਂਟ ਨਾ ਮਰਜੇ ਚਿੱਟੇ ਨਾਲ ਮਰਜੇ ਟੀਕੇ ਨਾਲ ਮਰਜੇ ਚਾਹੇ ਏਡਸ ਨਾਲ ਮਰਜੇ ਪਰ ਅਸੀਂ ਇਕੱਲਾ ਜ਼ੁਕਾਮ ਨਹੀਂ ਹੋਣ ਦੇਣਾ ਉਹ ਕਰੋਨਾ ਨੂੰ ਤਾਂ ਐਡਾ ਤਸ਼ੱਦਦ ਦੇਈ ਬੈਠੇ ਆਰਥਿਕ ਮੰਦ ਹਾਲੀ ਸਰਕਾਰੋਂ ਇਹੋ ਜਿਹੀ ਆ ਰਹੀ ਹੈ ਸਾਡੇ ਮੀਡੀਅਮ ਪਰਿਵਾਰਾਂ 'ਚ ਰੋਟੀਆਂ ਪਕਾਉਣੀਆਂ ਔਖੀਆਂ ਹੋਈਆਂ ਪਈਆਂ ਇਹ ਨਹੀਂ ਹੁੰਦਾ ਵੀ ਅਸੀਂ ਮਾਲਕ ਬਣ ਗਏ ਅਤੇ ਸਾਰਿਆਂ ਨੂੰ ਘਰੇ ਬੰਦ ਕਰ ਦਿਉ ਕੋਈ ਕੰਮ ਬੰਦ ਕਰ ਦਿਉ ਇਹਦਾ ਹੱਲ ਹੁੰਦਾ ਬਿਮਾਰੀ ਦਾ ਇਹ ਨਹੀਂ ਹੁੰਦਾ ਵੀ ਚੁੱਪ ਕਰਕੇ ਦੁਕਾਨਾਂ ਬੰਦ ਦੋ ਦੋ ਮਹੀਨੇ ਆਹ ਬੰਦ ਅੱਜ ਉਹ ਲੋਕ ਜਿਹੜੇ ਦਿਹਾੜੀਆਂ ਕਰਦੇ ਕਿਵੇਂ ਖਾਣ ਵਪਾਰ ਬੰਦ ਹੋ ਗਏ ਲੋਕਾਂ ਦੇ ਮਰਨ ਨੂੰ ਜੀ ਕਰਦਾ ਜਦੋਂ ਕਿਤੇ ਮੰਗਣਾ ਪੈ ਜਾਏ ਨਾ ਕੈਪਟਨ ਸਾਹਿਬ ਉਦੋਂ ਤੁਹਾਨੂੰ ਪਤਾ ਲੱਗੂਗਾ ਜਾਂ ਬਾਦਲ ਸਾਹਿਬ
करोड़ा रुपया थोड़े को पेंशन आँदी है, कदे किसी ने क्या अज तक बयान दिता है कि इन्होंने लोगों को अभी दे सकते हैं अपनी पेंशन सानू? नहीं, एक महीने से करोड़ करोड़ रुपया पेंशन उन्होंने को आँदी। मैं अपने भी फेसबुक तो वीडियो पाता ही रहना वैसे। बिल्कुल हाँ, समय वाले विकी भी अकाली लहर सिंह साहब भाई रणजीत सिंह जथेदार साहब कहते होंगे तुम चार दिन गुरुद्वारा प्रशादा छक के विखाओ तो वीर की ना सच्चाई है जी। प्रसाद अमृतसर साहब बाबा दीप सिंह शहीद साडे गुरुद्वारा दे विच 4,000 करोड़ रुपए का बजट है ते साडे जे गरीब सिख रुल गए अज उन्हां दे बच्चे रुल गए पढ़ाई वालों फिर जो ये पासे जाते ना कोई ईसाई पाता फिर सानू नाराजगी ना कराया करो, फिर भरा मारू जंग ना कराया करो, जा पहला आपके भरावान नू संभालिया करो। अज हिंदू कैटागरी खड़े बाबा जी खड़े है, चलो आपका कदे किसी ने वेख के आए असि भी साडा अगे सिख खड़ा जां मुसलमान कदे नहीं खड़ा, जदों भी कदे लोड़ पै जाए मैं कहना यार 24 घंटे असीं तां कट्ठे ही चलते हैं, ठीक है जदों कदे कट्ठे चलते हैं। आ वीर खड़ा गल्लां नोट करियो, ये वीडियो वेख के क्यों नहीं तुसीं कहिंदे ना वी इह आ गए उत्थे अज गुरु घर वाले आ साडे जिन्ने भी कोई सिख पंथक आगू वह भी आ सकते सी, मैं वीर नूं पुछना चाहुंदा कोई आया नहीं आया जी। गल कहण दी इह नहीं भाव बंदा वेखदा कहिंदा वीडियो तुसीं वीडियो पा के अगे आ जाओ यार, कोई मदद तां करो। अज उह वीर दा असल जिहा जिहा हालात सी अपना कल जां तुसीं अज आपां देता कोई 4 महीने सौखे टप जाणगे, ते नहीं तां जिहड़े बंदे कोल रोटी आणी करियाने वाले दुकान भी धार बंद करी बैठे आ दोस्तों, ये गल महसूस करो जिन्हां नूं लगदी उन्हां नूं पता हुंदा है। अज पता नहीं इहदे दिल च किन्नी खुशी होणी, बच्चे किन्ना चाह महसूस करदे होणे वी जिन्हां नूं इक चाह बनाउणी वी घरे औखी होई पई सी। ते भंडारी साहब साडे असीं तां इक्को ही बेनती करदे आ, वीर ने गल बहुत वड्डी कही है 20,000 किला पैली, पर कारण की है क्योंकि उत्थे जिहड़ा पिंड नाल साडे लंबी वाला तुहानूं पता है भी उन्हों का मोह ही एडा कु वड्डा यार, जिन्ना मर्जी उन्हों को आई जाए जिन्ना मर्जी राजा को आई जाए तुहाडे लोगों वास्ते पीपा खजाना खाली रहना रहना, तां करके कहने उन्हें आकड़ कर लिया करो। जदों सिख धर्म नाल टुट के बंदे वीर ने कहा भी जाते ईसाई धर्म जां होर उदों सानू रोना आता, पर आ कल दा रोई जांदा भी मैनू कितें गुरु घर च 2,000-5,000 दी नौकरी मिल जाए तां मैं करन नूं तैयार हाँ। इहो जिहे बंदिआं दी जरूर मदद कीती जाए, चल जिहड़े कोई साडे वर्गे आ उह तां भला सुसाइड भी कर लैण, उन्हां दा कोई परवाह नहीं, आपां करदे तुसीं भी नहीं करनी, सरकारां नूं तां पहलां ही बेपरवाह हो। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਬਾ ਸੋਨੀ ਦਾ, ਸਾਡੇ ਵਿੱਚ ਕੋਈ ਨਹੀਂ ਬੇਟਾ, ਕੱਲ ਨੂੰ ਤੁਸੀਂ ਆ ਸਕਦੇ ਹੋ ਆਸ਼ਰਮ 'ਚ, ਜਿੰਨਾ ਚਿਕਰ ਤੁਹਾਨੂੰ ਕੋਈ ਕੰਮ ਕਰਨ ਨਹੀਂ ਮਿਲਦਾ ਉਹਨਾਂ ਚਿਕਰ ਤੁਸੀਂ ਆਸ਼ਰਮ ਦੇ ਵਿੱਚ ਆਓ, ਤੁਹਾਨੂੰ ਲੋੜ ਹੋਊਗੀ ਅਸੀਂ ਤੁਹਾਡੀ ਮਦਦ ਕਰਾਂਗੇ। ਤੁਸੀਂ ਕੋਈ ਸ਼ਬਦ ਇਹਨਾਂ ਦੇ ਠੀਕ ਬੋਲੋ। ਹਾਂਜੀ ਬਾਬਾ ਜੀ ਪ੍ਰਤੀ ਸ਼ਬਦ ਕਹਿਣਾ ਚਾਹੋਗੇ? ਕੋਈ ਸੁਖ ਸ਼ਾਂਤੀ ਖੁਸ਼ ਆ ਬੱਚੇ ਹੁਣ? ਮੈਂ ਤਾਂ ਇਹੀ ਕਹਿਣਾ ਚਾਹਣਾ, ਵੇਖੋ ਵੀ ਜੇ ਸਿੱਖ ਕੌਮ ਮਤਲਬ ਕਰਕੇ ਗਰੀਬਾਂ ਦਾ ਸਾਥ ਦੇਵੇ, ਸ਼੍ਰੋਮਣੀ ਕਮੇਟੀ ਸਾਥ ਦੇਵੇ, ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਰਦਾਰ